ਸਰਪੰਚ ਦੋ ਭਰਾਵਾਂ ਨੂੰ ਲੈ ਗਿਆ ਸੀ ਖੁਦਾਈ ਤੇ। ਮੌਕੇ ਤੇ ਉੱਪਰ ਡਿੱਗਿਆ ਮਿੱਟੀ ਦਾ ਢੇਰ। ਕੱਢਣ ਸਮੇਂ ਜੇਸੀਬੀ ਨਾਲ ਹੋਈ ਦੋਨਾਂ ਦੀ ਮੌਤ। ਤਾਂ ਦੱਸ ਦਈਏ ਕਿ ਦੋ ਚਚੇਰੇ ਭਰਾ ਜੋ ਕਿ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਕਰਦੇ ਸੀ, ਤਾਂ ਇਹਨਾਂ ਨੂੰ ਸਰਪੰਚ ਇੱਕ ਖੁਦਾਈ ਤੇ ਲੈ ਕੇ ਜਾਂਦਾ ਹੈ ਜਿੱਥੇ ਕਿ ਇਹਨਾਂ ਦੇ ਵੱਲੋਂ ਪਾਣੀ ਦੀ ਪਾਈਪ ਲਾਈਨ ਲਗਾਉਣੀ ਹੁੰਦੀ ਹੈ। ਤਾਂ ਇਹ ਜਦ ਡੂੰਘੀ ਖੱਡ ਦੇ ਵਿੱਚ ਉਤਰਦੇ ਨੇ ਤਾਂ ਇਹਨਾਂ ਦੇ ਉੱਤੇ ਮਿੱਟੀ ਦੀ ਢੇਰ ਡਿੱਗ ਜਾਂਦੀ ਹੈ ਜਿਸ ਕਾਰਨ ਇਹ ਉਸਦੇ ਹੇਠ ਦੱਬ ਜਾਂਦੇ ਨੇ। ਤਾਂ ਮੌਕੇ ਤੇ ਲੋਕਾਂ ਦੇ ਵਿੱਚ ਹਫੜਾ ਤਫੜੀ ਮੱਚ ਜਾਂਦੀ ਹੈ ਤੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ ਤੇ ਜੇਸੀਬੀ ਮੰਗਾਈ ਗਈ ਤਾਂ ਜੇਸੀਬੀ ਦੇ ਨਾਲ ਕੱਢਦੇ ਹੋਏ ਇਹਨਾਂ ਦੋਨਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦੇ ਕਿ ਮਾਮਲਾ ਤਰਨ ਤਾਰਨ ਦਾ ਹੈ ਜਿੱਥੇ ਚਾਰ ਨੌਜਵਾਨ ਕਈ ਫੁੱਟ ਡੂੰਘੀ ਖੁਦਾਈ ਕਰਨ ਤੋਂ ਬਾਅਦ ਉਸਦੇ ਵਿੱਚ ਪਾਈਪ ਲਾਈਨ ਪਾ ਰਹੇ ਸੀ ਤਾਂ ਮਿੱਟੀ ਦਾ ਢੇਰ ਉਹਨਾਂ ਦੇ ਉੱਤੇ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋ ਨੌਜਵਾਨਾਂ ਨੂੰ ਤਾਂ ਬਚਾ ਲਿਆ ਜਾਂਦਾ ਹੈ ਜਦਕਿ ਬਾਕੀ ਦੋ ਨੌਜਵਾਨਾਂ ਦੀ ਮੌਤ ਹੋ ਗਈ। ਤਾਂ ਜੇਸੀਬੀ ਦੇ ਨਾਲ ਕੱਢਣ ਦੇ ਸਮੇਂ ਉਹਨਾਂ ਦੇ ਸੱਟ ਲੱਗ ਜਾਂਦੀ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਤਾਂ ਇਹ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ। ਤਾਂ ਮਿੱਟੀ ਦੇ ਢੇਰ ਦੇ ਵਿੱਚ ਦਵੇ ਸੀ ਤਾਂ ਕੱਢਣ ਦੇ ਦੌਰਾਨ ਇਹਨਾਂ ਦੀ ਮੌਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਤਰਨ ਤਾਰਨ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਚਚੇਰੇ ਭਰਾ ਜਿਨ੍ਹਾਂ ਦੀ ਉਮਰ ਕਰੀਬ 18 ਤੋਂ 20 ਸਾਲ ਸੀ ਤਾਂ ਦੋ ਨੌਜਵਾਨ ਸੀ, ਛੋਟੀ ਉਮਰ ਸੀ, ਪਾਣੀ ਦੀ ਪਾਈਪ ਲਾਈਨ ਵਿਛਾਉਣ ਨੂੰ ਲੈ ਕੇ ਇਹ ਕੰਮ 'ਤੇ ਗਏ ਸੀ ਜੋ ਕਿ ਇੱਕ ਸਰਪੰਚ ਲੈ ਕੇ ਗਿਆ ਸੀ। ਤਾਂ ਇਸ ਦੌਰਾਨ ਜਦ ਇਹ ਡੂੰਘੀ ਖੱਡ ਦੇ ਵਿੱਚ ਜਾਂਦੇ ਨੇ ਤਾਂ ਇਹਨਾਂ ਦੇ ਉੱਤੇ ਮਿੱਟੀ ਦਾ ਢੇਰ ਡਿੱਗ ਜਾਂਦਾ ਅਤੇ ਉਸਦੇ ਹੇਠ ਦੱਬ ਜਾਂਦੇ ਨੇ। ਤਾਂ ਚਾਰ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਤਾਂ ਬਚਾ ਲਿਆ ਜਾਂਦਾ ਪਰ ਬਾਕੀ ਦੋ ਚਚੇਰੇ ਭਰਾ ਦੋਨਾਂ ਦੀ ਮੌਤ ਹੋ ਗਈ। ਮਤਲਬ ਪਾਈਪ ਲਾਈਨ ਪਾਉਣ ਨੂੰ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਸੀ ਜਸਵੀਰ ਸਿੰਘ ਚੰਬੇ ਖੁਰਦ ਦਾ, ਉਹਨੇ ਜਾ ਕੇ ਉੱਥੇ ਡੂੰਘੀ ਖੱਡ ਦੇ ਵਿੱਚ ਇਹਨਾਂ ਨੂੰ ਵਾੜਤਾ। ਇਹਨਾਂ ਦੇ ਉੱਤੇ ਢਿੱਗ ਡਿੱਗਣ ਦੇ ਨਾਲ ਉਹ ਢਿੱਗ ਡਿੱਗ ਪਈ ਇਹਨਾਂ ਦੇ ਉੱਤੇ, ਫਿਰ ਜੇ ਸੀ ਬੀ ਨਾਲ ਕੱਢਣ ਲੱਗਾ। ਦੋ ਮੁੰਡੇ ਕੱਢਤੇ, ਇੱਕ ਛੇ ਦੋ ਮੁੰਡੇ ਨਿਕਲੇ ਅਤੇ ਜਿਹੜੀ ਜੇ ਸੀ ਬੀ ਲੱਗਣ ਨਾਲ ਮੌਤ ਹੋ ਗਈ। ਤੁਹਾਡਾ ਕੀ ਲੱਗਦਾ ਜੀ? ਮੇਰੇ ਭਤੀਜੇ ਕੀ ਨਾਮ ਉਹਨਾਂ ਕੀ ਹੈ? ਉਹਨਾਂ ਨਾਲ ਪ੍ਰਿਤਪਾਲ ਸਿੰਘ, ਜਗਰਾਜ ਸਿੰਘ। ਉਮਰ ਕਿੰਨੀ? ਉਮਰ ਪ੍ਰਿਤਪਾਲ ਦੀ 18 ਸਾਲ ਹੋ ਗਈ ਅਤੇ ਦੂਜੇ ਦੀ 20 ਸਾਲ ਦੇ ਲਾਗੇ ਹੋ ਗਏ, 18 ਤੋਂ ਉੱਪਰ ਆ। ਕਦੀ ਪਾਈਪ ਲਾਈਨ ਕਦੀ ਪੈ ਰਹੀ? ਪਾਈਪ ਲਾਈਨਾਂ ਬੰਬੀ ਦੀ ਪਾਉਣ ਲੱਗੇ, ਘਰੋਂ ਤਾਂ ਬੰਬੀ ਦੀ ਕਹਿ ਕੇ ਗਏ, ਹੁਣ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ। ਸਾਡੇ ਗੁਆਂਢ 'ਚ ਚਾਚੇ ਤਾਇਆਂ 'ਚੋਂ ਲੱਗਦੇ ਸੀ ਅਤੇ ਦੋ ਜਾਣੇ, ਇੱਕ ਦਾ ਨਾਮ ਮਨਹਰ ਸਿੰਘ ਸੀ, ਦੂਜੇ ਦਾ ਨਾਮ ਮਨਦੀਪ ਸਿੰਘ ਸੀ। ਦੋਨੇ 16-17 ਸਾਲ ਦੀ ਉਮਰ ਦੇ ਸੀ। ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਿਆ ਸੀ ਇਹਨਾਂ ਨੂੰ ਕੋਈ ਗੁਆਂਢ 'ਚ, ਅਸੀਂ ਤਾਂ ਸ਼ਹਿਰ ਨੂੰ ਪਤਾ ਨਹੀਂ। ਅਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ, ਟੋਇਆਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਹੋਈ। ਕੱਢਦੇ ਸਮੇਂ ਜੇ ਸੀ ਬੀ ਲੱਗਣ ਦਾ ਨਾਲ ਇਹਨਾਂ ਦੀ ਡੈਥ ਹੋਈ ਦੋਵਾਂ ਦੀ। ਇੱਕ ਦਾ ਨਾਮ ਮਨਦੀਪ ਸਿੰਘ ਆ, ਮਨਦੀਪ, ਅਤੇ ਇੱਕ ਦਾ ਨਾਮ ਛੋਟਾ ਨਾਂ ਜਿਹੜਾ ਮਨੂ ਮਨੂ ਕਹਿੰਦੇ ਤੁਸੀਂ, ਔਰ ਇੱਕ ਦਾ ਨਾਂ ਮਨਪ੍ਰੀਤ ਸਿੰਘ। ਜਿਹੜਾ ਤੀਸਰਾ ਉਹ ਠੀਕ ਹੈ? ਹਾਂ, ਉਹ ਦੋਵੇਂ ਇੱਕ ਹਸਪਤਾਲ 'ਚ ਦਾਖਲ ਆ ਦੋਵੇਂ, ਲੇਕਿਨ ਠੀਕ ਆ, ਉਹ ਖਤਰੇ ਤੋਂ ਬਾਅਦ ਆ ਦੋਵੇਂ। ਜਿਨ੍ਹਾਂ ਦੀ ਮੌਤ ਹੋਈ ਉਹਦਾ ਨਾਂ ਕੀ ਆ? ਉਹਦਾ ਨਾਂ ਇੱਕ ਦਾ ਨਾਂ ਮਨਪ੍ਰੀਤ ਆ, ਮਨੂ ਮਨੂ ਆਉਂਦਾ ਛੋਟਾ ਨਾਂ, ਅਤੇ ਦੂਜੇ ਦਾ ਨਾਂ ਆਪਣਾ ਉਹਨੂੰ ਵੀ ਮਨਾ ਮਨਾ ਯਾਰ ਮਨਦੀਪ ਆ ਤੁਹਾਨੂੰ ਸਿੱਖ। ਨਹੀਂ, ਇਹ ਪਹਿਲਾਂ ਤਾਂ ਨਹੀਂ ਕਰਦੇ, ਹੁਣ ਥੋੜ੍ਹਾ ਚਿਰ ਮਤਲਬ ਪਹਿਲਾਂ ਪੌਂਦੇ ਪੌਂਦੇ ਛੱਡਿਆ, ਪੜ੍ਹਦੇ ਸੀ ਇਹਨਾਂ ਨੂੰ ਲੈ ਕੇ ਗਏ ਆਣ ਕੇ ਇੱਥੇ, ਵੀ ਇਸ ਤਰ੍ਹਾਂ ਵੀ ਪੂਰੇ ਪੌਣੇ ਘਰੋਂ ਆਣ ਕੇ ਲੈ ਗਏ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਅਸੀਂ ਤਾਂ ਸ਼ਹਿਰ 'ਚ ਪਿੰਡ 'ਚ ਲਾ ਕੇ ਫੋਨ ਆਇਆ ਕਿ ਅੰਤਰਾਲ ਨਾਲ ਮੱਚ ਗਈ, ਲੈ ਕੇ ਆਏ ਸਾਰੇ ਜਾਣੇ, ਇੱਥੇ ਸ਼ਹਿਰ ਆਏ ਅਤੇ ਸ਼ਹਿਰੋਂ ਅਸੀਂ ਫਿਰ ਪਤਾ ਲੱਗਾ। ਆਪਣਾ ਜਸਵੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਰੀਗੇਸ਼ਨ ਦੀ ਪੈਪ ਪਾ ਰਹੇ ਸੀਗੇ ਅਤੇ 3 ਫੁੱਟ ਟੋਇਆ ਸੀਗਾ ਅਤੇ ਉਹਦੇ ਵਿੱਚ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ, ਅਤੇ ਉਹ ਮਿੱਟੀ ਢਿੱਗ ਡਿੱਗਣ ਨਾਲ ਉਹ ਥੱਲੇ ਆਉਣ ਨਾਲ ਨਾ ਅਤੇ ਇਹਨਾਂ ਦੀ ਮੌਤ ਹੋ ਗਈ ਹੈ। ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ, ਪੁੱਤਰ ਮੁਖਤਾਰ ਸਿੰਘ, ਇਹਦੀ ਉਮਰ 20 ਸਾਲ ਦੀ ਹੈ।
ਅਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ। ਇਹਦੀ ਉਮਰ ਹੈਗੀ 18 ਸਾਲ ਦੀ। ਇਹ ਦੋਵੇਂ ਯਾਨੀ ਕਿ ਰਾਣੀਵਾਲ ਦੇ ਰਹਿਣ ਵਾਲੇ ਨੇ ਅਤੇ ਬਾਕੀ ਡੈੱਡ ਬੋਡੀਆਂ ਇਹੀ ਕਬਜ਼ੇ 'ਚ ਰਹਿ ਰਹੀਆਂ ਨੇ ਅਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੀ ਇਹੀ ਕਾਰਵਾਈ ਅਮਰ 'ਚ ਲਿਆ ਦਿਆਂਗੇ।